ਜਿੱਥੇ ਤਾਈ ਅਸਲ ਜਿਹੜਾ ਦਾ ਟੇਸਟ ਆਫ ਦਾ ਪੁਡਿੰਗ ਲਾਈਜ਼ ਇਨ ਇਟਸ ਈਟਿੰਗ, ਉਹ ਹੈ ਵੀ ਸਾਨੂੰ ਸੀਟਾਂ ਕਿੰਨੀਆਂ ਆਈਆਂ। ਉਹਦੀ ਜ਼ਿੰਮੇਵਾਰੀ ਮੈਂ ਐਜ਼ ਅ ਬੀਜੇਪੀ ਦੇ ਪ੍ਰਧਾਨ ਮੇਰੀ ਆਪਣੀ ਸਮਝਦਾ। ਇੱਕ ਭ੍ਰਾਂਤੀ ਫੈਲਾਈ ਗਈ ਪੰਜਾਬ ਦੇ ਅੰਦਰ, ਉਸ ਭ੍ਰਾਂਤੀ ਨੂੰ ਮੈਂ ਤੋੜ ਨਹੀਂ ਸਕਿਆ ਕਿ ਬੀਜੇਪੀ ਜਿਹੜੀ ਹੈ ਕਿਸਾਨਾਂ ਦੇ ਖਿਲਾਫ਼ ਹੈ। ਪਰ ਮੈਂ ਉੱਥੇ ਆਹ ਵੀ ਮੰਨਦਾ ਕਿ ਆਹ ਜਿਹੜਾ ਵੋਟ ਹੈ, ਆਹ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ਼ ਪਿਆ। ਉਹਨਾਂ ਦੇ ਦਿੱਤੇ ਹੋਏ ਫਤਵੇ ਦਾ ਮੈਂ ਸਵੀਕਾਰ ਕਰਦਾ ਤੇ ਉਹਨਾਂ ਨੂੰ ਇਸ ਗੱਲ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਫਤਵਾ ਜਿਹੜਾ ਦਿੱਤਾ। ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੂੰਗਾ ਤੇ ਧੰਨਵਾਦ ਕਰਨਾ ਚਾਹੂੰਗਾ ਬੀਜੇਪੀ ਦੇ ਵਰਕਰਸ ਦਾ। ਪੇਂਡੂ ਇਲਾਕੇ ਦੇ ਵਿੱਚ ਜਿੱਥੇ ਇੱਕ ਬਵੰਡਰ ਜਿਹਾ ਖੜਾ ਕੀਤਾ ਗਿਆ ਸੀ, ਉਹਦੇ ਬਾਵਜੂਦ ਉਹਨਾਂ ਨੇ ਜਾ ਕੇ ਨਾ ਸਿਰਫ ਬੀਜੇਪੀ ਦਾ ਸੁਨੇਹਾ ਲਾਇਆ ਬਲਕਿ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਦੇ ਨਾਲ, ਜਿੱਥੇ ਸਾਡੀ 7% ਵੋਟ ਸੀਗੀ 2022 ਦੇ ਇਲੈਕਸ਼ਨਾਂ ਦੇ ਅੰਦਰ, ਉਹ ਅੱਜ ਵੋਟ ਪਰਸੈਂਟ ਵੱਧ ਕੇ 19% ਦੇ ਕਰੀਬਨ ਪਹੁੰਚੀ ਹੋਈ ਹੈ। ਜਿੱਥੇ ਤਾਈਂ ਅਸਲ ਜਿਹੜਾ ਦਾ ਟੇਸਟ ਆਫ ਦਾ ਪੁਡਿੰਗ ਲਾਈਜ਼ ਇਨ ਇਟਸ ਈਟਿੰਗ, ਉਹ ਹੈ ਵੀ ਸਾਨੂੰ ਸੀਟਾਂ ਕਿੰਨੀਆਂ ਆਈਆਂ। ਉਹਦੀ ਜ਼ਿੰਮੇਵਾਰੀ ਮੈਂ ਐਜ਼ ਅ ਬੀਜੇਪੀ ਦੇ ਪ੍ਰਧਾਨ ਮੇਰੀ ਆਪਣੀ ਸਮਝਦਾ। ਮੈਂ ਇਸ ਕਰਕੇ ਆਪਣੀ ਜ਼ਿੰਮੇਵਾਰੀ ਸਮਝਦਾ ਕਿ ਮੇਰਾ ਫਰਜ਼ ਬਣਦਾ ਸੀਗਾ ਜਿਹੜਾ ਇੱਕ ਭ੍ਰਾਂਤੀ ਫੈਲਾਈ ਗਈ ਪੰਜਾਬ ਦੇ ਅੰਦਰ, ਉਸ ਭ੍ਰਾਂਤੀ ਨੂੰ ਮੈਂ ਤੋੜ ਨਹੀਂ ਸਕਿਆ ਕਿ ਬੀਜੇਪੀ ਜਿਹੜੀ ਹੈ ਕਿਸਾਨਾਂ ਦੇ ਖਿਲਾਫ਼ ਹੈ। ਇੱਕ ਜਿਹੜੀ ਭ੍ਰਾਂਤੀ ਪੰਜਾਬ ਦੇ ਅੰਦਰ ਫੈਲਾਈ ਗਈ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਅੱਡ ਅੱਡ ਇਲੈਕਸ਼ਨ ਲੜ ਰਹੀ ਹੈ, ਉਹ ਝੂਠ ਤੋਂ ਪਰੇ ਸਰਾਸਰ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇੱਕ ਬਵੰਡਰ ਖੜਾ ਕੀਤਾ ਗਿਆ ਜਿਹਦੇ ਵਿੱਚ ਦੋਨੋਂ ਪਾਰਟੀਆਂ ਕਾਮਯਾਬ ਰਹੀਆਂ। ਪਰ ਬਾਵਜੂਦ ਇਹਦੇ ਮੈਂ ਲੋਕਾਂ ਦਾ ਫੈਸਲਾ, ਚਾਹੇ ਇਹਨਾਂ ਦੋਨਾਂ ਪਾਰਟੀਆਂ ਨੇ ਜੋ ਹਥਕੰਡੇ ਵਰਤੇ, ਪਰ ਲੋਕਾਂ ਨੇ ਫਤਵਾ ਦਿੱਤਾ ਅਤੇ ਉਸ ਫਤਵੇ ਨੂੰ ਮੈਂ ਸਵੀਕਾਰ ਕਰਦਾ। ਪਰ ਮੈਂ ਉੱਥੇ ਆਹ ਵੀ ਮੰਨਦਾ ਕਿ ਆਹ ਜਿਹੜਾ ਵੋਟ ਹੈ, ਆਹ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ਼ ਪਿਆ ਅਤੇ ਉਹ ਜਿਹੜਾ ਆਹ ਵੋਟ ਸ਼ਿਫਟ ਹੋਇਆ ਕਿਤੇ 42% ਤੋਂ ਘੱਟ ਕੇ ਹੈ, ਜਿਹੜੇ 26% 'ਤੇ ਆਏ ਹੈ ਉਹ ਕਰੀਬਨ 16% ਵੋਟ ਜਿਹੜਾ ਘਟਿਆ ਹੈ, ਉਹ ਮੈਂ ਸਮਝਦਾ ਡਾਇਰੈਕਟ ਟ੍ਰਾਂਸਫਰ ਲੋਕਾਂ ਨੇ ਬੀਜੇਪੀ ਦੇ ਕਾਰਜਕਰਤਾਵਾਂ ਦੀ ਹਿੰਮਤ ਦੇ ਉੱਤੇ ਜੋਦ ਕਰਦੇ ਉਹਦੇ ਵਿੱਚ ਬੀਜੇਪੀ ਦਾ ਸ਼ੇਅਰ ਵਧਿਆ।